साथियों ते दोस्तों, आज मैं तुहानू तर्कशील सैटी वालों स्थापित शहीद भगत सिंह लाइब्रेरी बड़ौंगी बारे कोई जानकारी देनी चाहता हूँ। ये लाइब्रेरी आज तो 13 साल पहला 28 जनवरी 2007 ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੀ ਜਨਮ ਸ਼ਤਾਬਦੀ ਵਰ੍ਹੇ ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਦੀ ਸਾਰਾ ਪ੍ਰਬੰਧ ਦੇਖ ਰੇਖ ਤਰਕ ਸੁਸਾਇਟੀ ਇਕਾਈ ਮੋਹਾਲੀ ਉਦੋਂ ਤੋਂ ਕਰਦੀ ਆ ਰਹੀ ਹੈ। 13 ਸਾਲ ਲਗਾਤਾਰ ਇਸ ਦਾ ਕੰਮ ਵਧੀਆ ਚੱਲਦਾ ਆ ਰਿਹਾ ਹੈ। ਫਰਵਰੀ ਦੇ ਵਿੱਚ ਆ ਕੇ ਇਹ ਵਿਚਾਰ ਕੀਤਾ ਗਿਆ ਕਿ ਇਸ ਦੀ ਫਰਸ਼ ਨੀਵਾਂ ਹੈ, ਬਾਰਿਸ਼ ਦਾ ਪਾਣੀ ਬਣ ਜਾਂਦਾ ਹੈ, ਕੰਧਾਂ ਜਰਜਰੀਆਂ ਹਨ, ਇਸ ਨੂੰ ਰੈਨੋਵੇਟ ਕੀਤਾ ਜਾਵੇ। ਤੁਰੰਤ ਇਸ ਦਾ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ, ਜੋ ਮਾਰਚ ਦੇ ਵਿੱਚ ਲੋਕਡਾਊਨ ਲਾਗੂ ਹੋਣ ਤੋਂ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ ਔਰ ਮੁੜ ਲਾਇਬ੍ਰੇਰੀ ਇਸ ਜਗ੍ਹਾ 'ਤੇ ਸਥਾਪਿਤ ਕਰ ਦਿੱਤੀ ਗਈ ਸੀ। ਤੁਸੀਂ ਰੈਨੋਵੇਸ਼ਨ ਦਾ ਨਜ਼ਾਰਾ ਜਿੱਥੇ ਮੈਂ ਬੈਠਾ ਹਾਂ ਵੀ ਰੈਨੋਵੇਸ਼ਨ ਤੋਂ ਬਾਅਦ ਕਿੱਦਾਂ ਦੀ ਇਸ ਦਿੱਖ ਤੁਹਾਨੂੰ ਨਜ਼ਰ ਆਉਂਦੀ ਹੈ ਉਹ ਤੁਸੀਂ ਦੇਖ ਹੀ ਰਹੇ ਹੋ। ਬਾਕੀ ਇਹਦੇ ਵਿੱਚ ਕਿਤਾਬਾਂ ਦੀਆਂ ਅਲਮਾਰੀਆਂ ਮੇਰੇ ਛੱਤ 'ਤੇ ਪਈਆਂ ਨੇ ਅਤੇ ਇੱਕ ਹੋਰ ਜਿਹੜੀ ਨਵੀਂ ਗੱਲ ਕਾਮਰੇਡ ਸ਼ਲਾਘਰ ਸਿੰਘ ਨੇ ਦੇ ਪਰਿਵਾਰ ਨੇ ਉਹਨਾਂ ਦੀ ਡੈਥ ਤੋਂ ਬਾਅਦ ਹੁਣੇ ਹੁਣੇ ਉਹਨਾਂ ਦੀ ਨਿੱਜੀ ਲਾਇਬ੍ਰੇਰੀ ਦੇ ਨਾਲ ਉਹਨਾਂ ਦੀ ਅਲਮਾਰੀ ਵੀ ਸੁਸਾਇਟੀ ਨੂੰ ਡੋਨੇਟ ਕਰ ਦਿੱਤੀ ਹੈ। ਇਸ ਤੋਂ ਬਿਨਾਂ ਸਾਰੀਆਂ ਸਹੂਲਤਾਂ ਇੱਥੇ ਆਉਣ ਵਾਲੇ ਪਾਠਕਾਂ ਲਈ ਮੌਜੂਦ ਹਨ। ਪਾਣੀ ਪੀਣ ਦਾ ਲਈ ਆਰੋ ਲਾਇਆ ਹੋਇਆ ਹੈ ਅਤੇ ਠੰਡਾ ਪਾਣੀ ਦੀ ਸੇਵਾ ਲਈ ਫਰਿੱਜ ਵੀ ਮੌਜੂਦ ਹੈ ਔਰ ਬਕਾਇਦਾ ਫਰਨਿਸ਼ਡ ਬਾਥਰੂਮ ਵੀ ਬਣਾਇਆ ਗਿਆ ਹੈ। ਇਸ ਤਰ੍ਹਾਂ ਮਤਲਬ ਨਵੇਂ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹੈ। ਤੁਹਾਨੂੰ ਲਾਇਬ੍ਰੇਰੀ ਦੇ ਅੰਦਰ ਦੀ ਝਲਕ ਦਿਖਾਉਂਦੇ ਹੋਏ ਅਸੀਂ ਹੌਲੀ ਹੌਲੀ ਤੁਹਾਨੂੰ ਬਾਹਰ ਵੱਲ ਲੈ ਕੇ ਚੱਲਾਂਗੇ ਅਤੇ ਬਾਹਰ ਦਾ ਵੀ ਨਜ਼ਾਰਾ ਤੁਹਾਡੇ ਰੂਬਰੂ ਕਰਾਂਗੇ। ਹੁਣ ਮੈਂ ਬਾਹਰ ਗੇਟ ਦੇ ਉੱਤੇ ਜਾ ਰਿਹਾ ਹਾਂ ਅਤੇ ਜਿਵੇਂ ਅਸੀਂ ਲਾਇਬ੍ਰੇਰੀ ਨੂੰ ਅੰਦਰੋਂ ਰੈਨੋਵੇਟ ਕੀਤਾ ਹੈ ਉਸ ਤਰ੍ਹਾਂ ਹੀ ਪਹਿਲਾਂ ਦਾ ਬਣਿਆ ਹੋਇਆ ਸੀ ਉਸ ਨੂੰ ਵੀ ਰੈਨੋਵੇਟ ਕਰਕੇ ਨਵੀਂ ਦਿੱਖ ਦਿੱਤੀ ਗਈ ਹੈ। ਉਹ ਤੁਸੀਂ ਦੇਖ ਹੀ ਰਹੇ ਹੋ ਕਿ ਇਸ ਦੇ ਪਹਿਲਾਂ ਦਾ ਉਹ ਬਿਲਕੁਲ ਨਵੀਆਂ ਹਨ। ਧਿਆਨ ਨਾਲ ਨਾਲ ਦੀ ਨਾਲ ਇੱਕ ਤੁਹਾਨੂੰ ਨਵੀਂ ਜਿਹੜੀ ਗੱਲ ਹੈ ਉਹ ਦੱਸਦੇ ਹਾਂ ਕਿ ਲਾਇਬ੍ਰੇਰੀ ਦੀ ਰੈਨੋਵੇਸ਼ਨ ਦੇ ਨਾਲ ਨਾਲ ਇਹ ਜੋ ਸਾਡੇ ਸਾਹਮਣੇ ਗਲੀ ਸੀ, ਕੱਚੀ ਗਲੀ ਸੀ, ਬੜੀ ਖਸਤਾ ਹਾਲਤ ਸੀ, ਨਵਾਂ ਲੈਣਾ ਔਖਾ ਸੀ, ਇਸ ਨੂੰ ਪੱਕੀ ਕਰਾਉਣ ਦੇ ਵੀ ਪੂਰੇ ਕੋਸ਼ਿਸ਼ਾਂ ਚੱਲ ਰਹੀਆਂ ਸੀ ਅਤੇ ਉਹਨਾਂ ਨੂੰ ਵੀ ਫੂਲ ਪਿਆ ਹੈ। ਜੁਲਾਈ ਦੇ ਵਿੱਚ ਇਹ ਗਲੀ ਪੱਕੀ ਹੋਣ ਉਪਰੰਤ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਇਸ ਗਲੀ ਨੂੰ ਤਰਕਸ਼ੀਲ ਤਕਰੀਰ ਦਾ ਨਾਂ ਦਿੱਤਾ ਜਾਵੇ ਅਤੇ ਉਸ ਲਈ ਉਪਰਾਲੇ ਕੀਤੇ ਗਏ। ਉਹ ਜਿੰਨਾ ਕੁ ਅਸੀਂ ਕਰ ਸਕੇ ਉਹ ਵੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਹੁਣ ਅਸੀਂ ਬਾਜ਼ਾਰ ਵੱਲੋਂ ਜੋ ਅਸੀਂ ਜੋ ਐਂਟਰੀ ਹੈ ਉਸ 'ਤੇ ਪਹੁੰਚਾ ਰਹੇ ਹਾਂ ਅਤੇ ਉੱਥੇ ਪਹੁੰਚ ਗਏ ਹਾਂ। ਉੱਥੇ ਐਂਟਰੀ 'ਤੇ ਇੱਕ ਬੋਰਡ ਲੱਗਿਆ ਹੋਇਆ ਹੈ। ਇਹ ਬੋਰਡ ਭਾਵੇਂ ਜਗ੍ਹਾ ਦੀ ਚੰਗੀ ਕਾਰ ਨੂੰ
ਬੂਟਾ ਲਾਇਆ ਹੈ ਇਸ ਕੇਵਲ ਲਾਇਬ੍ਰੇਰੀ ਦੇ ਬਾਰੇ ਚੇਤਕ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਤੋਂ ਨਾਲ ਅੱਗੇ ਅੱਗੇ ਮੈਂ ਤੁਹਾਨੂੰ ਆਪਣੇ ਨਾਲ ਸਾਰੀ ਗਲੀ ਦੇ ਵਿੱਚ ਸਾਹਮਣੇ ਪੁੱਛਾਂਗਾ ਸੱਭਿਆਚਾਰ ਸੱਭਿਆਚਾਰ ਨੂੰ ਫਲ ਫੁੱਲਣ ਕਰਨ ਵਿੱਚ 11 ਦੇ ਲਗਭਗ ਮਾਡਲ ਇਹਨਾਂ ਦਾ ਸੰਬੰਧ ਪੁਸਤਕਾਂ ਨਾਲ ਹੈ ਔਰ ਪੁਸਤਕ ਵਾਜਾ ਮਾਰ ਜੀ ਦੇ ਨਾਂ 'ਤੇ ਰੱਖ ਕੇ ਸਾਰੇ ਮਾਡਲ ਅਧੀਨ ਲਿਖੇ ਗਏ ਹਨ। ਇਸ ਤੋਂ ਅੱਗੇ ਹੁਣ ਕੰਧ ਵੱਲ ਜਾ ਰਹੇ ਹਾਂ, ਲਾਇਬ੍ਰੇਰੀ ਦੇ ਸਾਹਮਣੇ ਵਾਲੀ ਕੰਧ ਵੱਲ ਜਾ ਰਹੇ ਹਾਂ। ਉੱਥੇ ਤੁਹਾਨੂੰ ਇਸ ਤਰ੍ਹਾਂ ਦੇ ਹੀ 5 ਮਾਡਲ ਲਿਖੇ ਮਿਲਣਗੇ। ਇਹ ਮਾਡਲ ਤੁਸੀਂ ਦੇਖ ਰਹੇ ਹੋ, ਮੈਂ ਇਹਦੇ ਨਾਲ ਚੱਲ ਰਿਹਾ ਹਾਂ। ਬਾਕੀ ਸਾਰਿਆਂ ਨਾਲ ਦੇਖਣਾ ਤੁਹਾਡੀ ਡਿਊਟੀ ਹੈ। ਇਕੱਲੇ ਇਕੱਲੇ ਬਾਰੇ ਮੈਂ ਇਸ ਤੋਂ ਬਾਅਦ 5 ਫਿਰ ਅਸੀਂ ਦੂਜੀ ਕੰਧ 'ਤੇ ਜਾਵਾਂਗੇ। ਜਿੱਥੇ ਜਿੱਥੇ ਸਾਨੂੰ ਜਗ੍ਹਾ ਪ੍ਰਾਪਤ ਹੋਈ ਹੈ ਉੱਥੇ ਅਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਮਾਡਲ ਲਿਖੇ ਹਨ। ਇਸ ਕੰਧ ਦੇ ਉੱਤੇ ਇਸ ਕੰਧ ਦੇ ਉੱਤੇ 6 ਵਾਲੇ ਮਾਡਲ ਗਲੀ ਦੇ ਸ਼ੀਟ ਕਰ ਰਹੇ ਹਾਂ ਅਤੇ ਅੰਤ ਵਿੱਚ ਤੁਹਾਨੂੰ ਅਸੀਂ ਉੱਥੇ ਉਸ ਸਿਰੇ 'ਤੇ ਲਿਖੇ ਵੱਡੇ ਲੋਰ ਵੱਲ ਲੈ ਕੇ ਜਾਵਾਂਗੇ। ਉਹ ਸਾਨੂੰ ਦਿਖਾਵਾਂਗੇ ਕਿ ਇਸ ਵਿੱਚ ਲਾਇਬ੍ਰੇਰੀ ਬਾਰੇ ਕਿਵੇਂ ਅਸੀਂ ਸੰਕੇਤਕ ਗੱਲਾਂ ਜਿਹੜੀਆਂ ਨੇ ਦੁਹਾਰੀਆਂ ਨੇ ਅਤੇ ਜਿਸ ਤਰ੍ਹਾਂ ਅਸੀਂ ਸਟੇਟ ਬਣਾਉਣ ਵਿੱਚ ਕਿੰਨੇ ਕਾਮਯਾਬ ਹੋਏ ਹਾਂ ਇਹ ਤਾਂ ਸਮਾਂ ਦੱਸੇਗਾ। ਅਤੇ ਹੁਣ ਅਸੀਂ ਪਿੰਡ ਦੇ ਵਿੱਚ ਜਾ ਰਹੇ ਹਾਂ ਅਤੇ ਪਹੁੰਚੇ ਜੋੜ ਕੇ ਪਹੁੰਚੇ ਹਾਂ। ਇਸ ਬੋਰਡ ਨੂੰ ਦੇਖੋ, ਅੱਜ ਕੇਵਲ ਇੰਨਾ ਹੀ। ਕੁਛ ਦਿਨਾਂ ਬਾਅਦ ਤੁਹਾਨੂੰ ਅਸੀਂ ਫਿਰ ਮਿਲਣ ਦਾ ਉਪਰਾਲਾ।